ਟੌਪ ਦੇ ਰੇਡਰ ਬੜੀ ਚੁਸਤੀ ਫੁਰਤੀ ਦੇ ਨਾਲ ਕਬੱਡੀਆਂ ਪਾਉਂਦੇ ਸੀ। ਅੱਜ ਕਰਦੇ ਆ ਉਹਨਾਂ ਦਾ ਸਵਾਗਤ। ਜੱਸਾ ਜੀ ਤੁਹਾਡਾ ਸਵਾਗਤ ਹੈ ਟੀਮ ਪੰਜਾਬੀ 'ਤੇ। ਹਾਂਜੀ ਥੈਂਕ ਯੂ ਜੀ। ਪਹਿਲਾਂ ਤਾਂ ਟੀਮ ਪੰਜਾਬੀ ਜਿੰਨੀ ਟੀਮ ਆ ਜਾਂ ਦਰਸ਼ਕ ਜਿੰਨੇ ਵੀ ਆ ਸਾਰਿਆਂ ਦਾ ਮੈਂ ਤਾਂ ਥੈਂਕ ਯੂ ਕਰਦਾ ਵੀ ਟੀਮ ਪੰਜਾਬੀ ਦੇ ਨਾਲ ਜੁੜੇ ਹੋਏ ਆ ਜੀ। ਥੈਂਕ ਯੂ ਸੋ ਮੱਚ ਪਹਿਲਵਾਨ ਜੀ। ਵੈਲਕਮ ਆਖਦੇ ਆ ਜੀ, ਤੁਸੀਂ ਇੰਡੀਆ ਦੇ ਵਿੱਚ ਪਹੁੰਚੇ ਹੋ, ਹਰੇਕ ਸਾਲ ਆਉਂਦੇ ਜਾਂਦੇ ਰਹਿੰਦੇ ਹੋ, ਅੱਜ ਕਲਾਰਾਂ ਤੁਹਾਨੂੰ ਸਬੱਬ ਮਿਲਿਆ ਆਉਣ ਦਾ ਕਿਉਂਕਿ ਲਾਗੇ ਤੁਹਾਡਾ ਪਿੰਡ ਆ, ਕਿਹੋ ਜਿਹਾ ਲੱਗ ਰਿਹਾ ਇੰਡੀਆ ਦਾ ਵੈਦਰ ਆ ਕੇ? ਬਹੁਤ ਵਧੀਆ ਭਾਅ ਜੀ, ਟਰਾਈ ਤਾਂ ਇਹ ਹੁੰਦੀ ਆ ਵੀ ਹਰ ਸਾਲ ਆਈਏ, ਪਰ ਐਤਕੀ ਮੈਂ 2 ਸਾਲ ਬਾਅਦ ਆਇਆ। ਸਾਬੀ ਭਾਅ ਜੀ ਨਾਲ ਬਹੁਤ ਪਿਆਰ ਆ ਅਤੇ ਵਾਪਸ ਚੱਲ ਜਾਣਾ 23 ਨੂੰ, ਪਰ ਘੁੱਦੇ ਦਾ ਫੋਨ ਆਇਆ ਵੀ ਕਲਾਰੀ ਟੂਰਨਾਮੈਂਟ ਰੱਖਿਆ ਹੋਇਆ ਆ ਵੀ ਜਾਣਾ ਜ਼ਰੂਰ ਆ, ਫਿਰ 1 ਵੀਕਲੀ ਟਿਕਟ ਵਧਾਈ ਅਤੇ ਇੱਥੇ ਆਏ ਹਾਂ। ਮੈਂ ਪਹਿਲਵਾਨ ਜੀ ਹਮੇਸ਼ਾ ਗੱਲ ਕਰਦਾ ਹੁੰਦਾ ਕਿ ਸਮੇਂ ਤੋਂ ਪਹਿਲਾਂ ਕਬੱਡੀ ਛੱਡਤੀ ਜੱਸੇ ਨੇ, ਕਿਉਂਕਿ ਹਜੇ ਬੜੀ ਛੁਪੀ ਹੋਈ ਕਬੱਡੀ, ਬੜੀ ਲੰਬੀ ਛੁਪੀ ਹੋਈ ਕਬੱਡੀ ਸੀ ਜੱਸੇ ਦੇ ਬੋਡੀ ਦੇ ਵਿੱਚ, ਕੀ ਕਾਰਨ ਰਹਿ ਬੜੀ ਛੇਤੀ ਕਬੱਡੀ ਛੱਡਤੀ ਜੱਸੇ? ਕਬੱਡੀ ਛੱਡਣ ਦੇ ਕੋਈ ਐਡਾ ਵੱਡਾ ਕਾਰਨ ਤਾਂ ਨਹੀਂ ਸੀਗਾ ਭਾਅ ਜੀ, ਨਿਊਯਾਰਕ ਮੈਚ ਦੇ ਉੱਤੇ ਮੇਜਰ ਇੰਜਰੀ ਆਈ ਸੀ ਗੋਡੇ ਦੀ, ਲਿਗਾਮੈਂਟ ਦੀ ਸਰਜਰੀ ਕਰਵਾਉਣੀ ਪਈ। ਉਸ ਤੋਂ ਬਾਅਦ ਜਦੋਂ ਆਪਾਂ ਇੱਕ ਵਾਰੀ ਟੌਪ 'ਤੇ ਖੇਡੇ ਹੋਈਏ, 2 ਸਾਲ ਦਾ ਗੈਪ ਪੈ ਗਿਆ, ਟਰਾਈ ਕੀਤੀ ਮੈਂ 2 ਸਾਲ ਬਾਅਦ 'ਚ ਵੀ ਖੇਡਿਆ, ਪਰ ਅੰਦਰੋਂ ਉਹ ਖੁਸ਼ੀ ਨਹੀਂ ਮਿਲੀ ਜਿਹੜੀ ਪਹਿਲਾਂ ਮਿਲਦੀ ਹੁੰਦੀ ਸੀ ਕਿ ਮੈਚ ਦੇ ਵਿੱਚ ਪਹਿਲੇ ਰੇਡਰਾਂ ਦੇ ਵਿੱਚ ਖੇਡਣਾ, ਮੈਚ ਵੀ ਕੱਢਣਾ ਜੋ ਲੋੜ ਪੈਂਦੀ ਸੀਗੀ, ਅਤੇ ਉਹ ਆਵਾਜ਼ ਨਹੀਂ ਆਈ ਕਰਕੇ ਫਿਰ ਮੈਂ ਆਪਣੇ ਆਪ ਨੂੰ ਮੈਂ ਫੀਲ ਕੀਤਾ ਵੀ ਪਿੱਛੇ ਲੱਗ ਕੇ ਖੇਡਣ ਨਾਲੋਂ ਪਿੱਛੇ ਹੱਟਣਾ ਠੀਕ ਆ। ਪਰ ਇੰਜੋਏ ਕਰਦੇ ਹਾਂ, ਨਵੇਂ ਮੁੰਡੇ ਬਹੁਤ ਆ ਗਏ ਆ ਭਾਅ ਜੀ, ਮਜ਼ਾ ਆਉਂਦਾ ਦੇਖ ਕੇ ਉਹਨਾਂ ਨੂੰ ਜੀ। ਬਿਲਕੁਲ ਜਸੇ, ਪਰ ਟਾਈਮ ਟਾਈਮ ਦੀ ਗੱਲ ਹੁੰਦੀ ਆ, ਟਾਈਮ ਦੇ ਤੁਸੀਂ ਮਹਾਰਥੀ ਰੇਡਰ ਰਹੇ ਹੋ। ਅੱਛਾ ਜਸੇ, ਕਬੱਡੀ ਜਦੋਂ ਤੁਸੀਂ ਸਟਾਰਟ ਕੀਤੀ ਸੀ ਬੜਾ ਕਰੰਟ ਸੀ ਬੋਡੀ ਦੇ ਵਿੱਚ, ਚੱਲ ਤੁਸੀਂ ਜਦੋਂ ਤੱਕ ਖੇਡਦੇ ਰਹੇ ਹੋ ਬੜਾ ਕਰੰਟ ਰਿਹਾ ਬੋਡੀ ਦੇ ਵਿੱਚ, ਤੁਹਾਨੂੰ ਫਰਕ ਕੀ ਲੱਗਦਾ ਹੁਣ ਦੇ ਪਲੇਅਰਾਂ ਦੇ ਵਿੱਚ ਜਾਂ ਆਪਣੇ ਸਮੇਂ ਦੇ ਪਲੇਅਰਾਂ ਦੇ ਵਿੱਚ? ਸਾਡੇ ਪਿੰਡ ਦਾ ਪਲੇਅਰ ਪਹਿਲਾਂ ਤਾਂ ਮੈਂ ਗੱਲ ਕਰਾਂਗਾ ਭਾਈ ਲੱਡੂ, ਉਹਦੇ ਵੱਲ ਦੇਖ ਕੇ ਮੈਂ ਸਟਾਰਟ ਕੀਤੀ ਸੀ। ਮੇਰਾ ਬ੍ਰਦਰ ਉਹਦੇ ਨਾਲ ਥੋੜ੍ਹਾ ਥੋੜ੍ਹਾ ਖੇਡਦਾ ਸੀਗਾ, ਉਹਦੀ ਜੋ ਸਪੀਡ ਸੀਗੀ ਮੈਂ ਉਹਨੂੰ ਫੋਲੋ ਕਰਦਾ ਸੀ, ਉਹਨਾਂ ਦੀ ਮਿਹਨਤ ਦੇਖਣੀ ਕੀ ਕਰਦੇ ਕਿੱਦਾਂ ਕਰਦੇ। ਇੱਕ ਮੈਨੂੰ ਗੋਡ ਗਿਫਟ ਵੀ ਸੀਗਾ ਸਪੀਡ ਦਾ ਕਿ ਮੈਂ ਚਲੋ ਮਿਹਨਤ ਕੀਤੀ ਪਰ ਮੈਨੂੰ ਜਿਹੜਾ ਗੋਡ ਗਿਫਟ ਸੀਗਾ ਮੈਂ ਉਹਦਾ ਵੀ ਬਹੁਤ ਜ਼ਿਆਦਾ ਫਾਇਦਾ ਲਿਆ। ਅੱਜ ਕੱਲ੍ਹ ਦੀ ਮੁੰਡੇ ਮਿਹਨਤ ਕਰਦੇ ਆ, ਮੈਚ ਜ਼ਿਆਦਾ ਖੇਡਦੇ ਆ, ਜਿੱਦਾਂ ਪ੍ਰੈਕਟਿਸ ਥੋੜ੍ਹੀ ਘੱਟ ਆ ਜਾਂ ਡਾਇਟ ਦੇ ਤੁਸੀਂ ਲਾ ਲਓ, ਖੇਡਦੇ ਆ ਥੋੜ੍ਹੇ ਟਾਈਮ ਲਈ ਖੇਡਣ ਰਹੇ ਆ। ਹੁਣ ਮੈਂ ਸਟਾਰਟਿੰਗ ਕੀਤੀ 96 ਤੋਂ ਕੀਤੀ ਸੀਗੀ ਅਤੇ 98 ਦੇ ਵਿੱਚ ਮੈਂ ਜਿੱਦਾਂ ਵਧੀਆ ਮੈਚਾਂ ਦੇ ਵਿੱਚ ਆ ਗਿਆ ਸੀਗਾ ਓਪਨ 'ਚ ਖੇਡਣ ਲੱਗ ਪਿਆ ਸੀ, ਅਤੇ 2004 'ਚ ਮੈਂ ਜਦੋਂ ਫਸਟ ਟਾਈਮ ਗਿਆ ਹਾਂ ਬਾਬੇ ਦੀ ਕਿਰਪਾ ਨਾਲ ਆਪਾਂ ਉਦੋਂ ਵਧੀਆ ਪਰਫੋਰਮੈਂਸ ਦਿੱਤੀ ਸੀਗੀ ਉੱਥੇ ਕੈਨੇਡਾ 'ਚ। ਅੱਛਾ ਜੀ, ਜਿਵੇਂ ਤੁਸੀਂ ਗੱਲ ਕੀਤੀ ਆ ਲੱਡੂ ਸਦਮਾ ਸਵਰਗ ਵਾਸੀ ਬਹੁਤ ਜ਼ਬਰਦਸਤ ਰੇਡਰ ਹੋਏ ਨੇ, ਸਾਡੇ ਨਾਲ ਖੇਡਦੇ ਰਹੇ ਨੇ, ਮੇਰੇ ਨਾਲ ਬੜਾ ਲੰਮਾ ਸਮਾਂ ਉਹ ਖੇਡੇ ਨੇ ਜੂਨੀਅਰ ਸੀਮੇ ਤੋਂ 2-3 ਸਾਲ, ਪਰ ਟੌਪ ਦੇ ਰੇਡਰ ਹੋਏ ਨੇ ਦੁਨੀਆ ਦੇ ਉਹ ਵੀ। ਕੌਣ ਆਈਡਲ ਸਨ ਤੁਹਾਡੇ, ਤੁਹਾਡੇ ਆਈਡਲ ਕੌਣ ਸੀ ਜਿਹਨਾਂ ਵੱਲ ਦੇਖ ਕੇ, ਸਿਰਫ ਲੱਡੂ ਵੱਲ ਦੇਖ ਕੇ ਜਾਂ ਹੋਰ ਵੀ ਪਲੇਅਰ ਸਨ ਜਿਹਨਾਂ ਵੱਲ ਦੇਖ ਕੇ ਤੁਸੀਂ ਕਬੱਡੀ ਸ਼ੁਰੂ ਕੀਤੀ ਕਿ ਮੈਂ ਵੀ ਇੱਦਾਂ ਦਾ ਬਣਨਾ ਚਾਹੁੰਦਾ? ਪਹਿਲਾਂ ਤਾਂ ਜਦੋਂ ਸਾਡੇ ਪਿੰਡ ਦਾ ਲੱਡੂ ਹੀ ਸੀਗਾ, ਸਾਡਾ ਜਿੱਦਾਂ ਏਰੀਆ ਛੋਟਾ ਸੀ, ਛੋਟੇ ਸੀਗੇ, ਬਾਹਲਾ ਦੂਰ ਤੱਕ ਖੇਡਣ ਦੇਖਣ ਵੀ ਨਹੀਂ ਜਾਂਦੇ ਸੀਗੇ। ਲੱਡੂ ਤੋਂ ਬਾਅਦ ਜੇ ਮੈਂ ਖੇਡਦੇ ਦੇਖਿਆ ਭਾਅ ਜੀ ਸੰਦੀਪ ਜਾਂ ਤੁਹਾਨੂੰ ਦੇਖਿਆ ਖੇਡਦੇ ਹਾਂ, ਜੋ ਤੁਹਾਡਾ ਇੱਕ ਜਿੱਦਾਂ ਤੁਹਾਨੂੰ ਤਾਂ ਇੱਕ ਹੀਰੋ ਦੇ ਤੌਰ 'ਤੇ ਕਬੱਡੀ ਦੇ ਵਿੱਚ ਜਾਣਦੇ ਸੀ, ਸੋਹਣੇ ਸੀਗੇ ਸਾਰੇ ਪਲੇਅਰਾਂ ਨਾਲੋਂ ਸੋਹਣੇ ਲੱਗਦੇ ਸੀਗੇ। ਪਰ ਜ਼ਿਆਦਾ ਜੇ ਮੈਂ ਹੋਰ ਗੱਲ ਕਰਦਾ ਭਾਅ ਜੀ ਗੁਰਲਾਲ ਦੀ, ਕਪੂਰਥਲੇ ਖੇਡਦੇ ਦੇਖਿਆ ਸੀਗਾ ਜਿਹੜਾ ਗੁਰੂ ਨਾਨਕ ਸਟੇਡੀਅਮ 'ਚ ਟੂਰਨਾਮੈਂਟ ਹੁੰਦਾ, ਉਹਦਾ ਮੈਂ ਮੁੜ ਤੋਂ ਫੈਨ ਆ ਜੀ, ਮੈਨੂੰ ਗਾਈਡ ਵੀ ਬਹੁਤ ਕੀਤਾ ਭਾਅ ਜੀ ਨੇ। ਕਬੱਡੀ ਦੇ ਵਿੱਚ ਤੁਹਾਨੂੰ ਇੱਕ ਗਾਈਡ ਲਈ ਬੰਦਾ ਜ਼ਰੂਰ ਚਾਹੀਦਾ ਵੀ ਕਿਹੜਾ ਸਟੈਪ ਪੱਟਣਾ ਕਦੋਂ ਪੱਟਣਾ, ਭਾਅ ਜੀ ਨੇ ਮੈਨੂੰ ਅੱਜ ਤਾਈਂ ਵੀ ਉਸ ਲਈ ਹਰ ਗੱਲ ਲਈ ਮੈਨੂੰ ਗਾਈਡ ਕੀਤਾ, ਅਤੇ ਗੁਲਾਲ ਭਾਅ ਜੀ ਮੇਰੇ ਜਿੱਦਾਂ ਫੇਵਰੇਟ ਰਹੇ ਆ ਮੁੜ ਤੋਂ। ਅੱਛਾ, ਜੇ ਗੱਲ ਕਰੀਏ ਤੁਹਾਡੇ ਟਾਈਮ ਦੇ ਵਿੱਚ ਜਦੋਂ ਤੁਸੀਂ ਖੇਡਦੇ ਸੀਗੇ, ਤੁਹਾਡੇ ਨਾਲ ਤੁਹਾਨੂੰ ਜਿਹਨਾਂ 'ਤੇ 100% ਟਰੱਸਟ ਹੁੰਦਾ ਸੀ ਕਿ ਆਹ ਬੰਦਾ ਮੇਰੇ ਨਾਲ ਰੇਡਰ ਹੋਵੇ ਮੈਂ ਹਾਰ ਨਹੀਂ ਸਕਦਾ, ਉਹ ਕਿਹੜੇ ਹੁੰਦੇ ਸਨ? ਚਾਹੇ ਕੈਨੇਡਾ ਦੀ ਟੀਮ 'ਚ ਚਾਹੇ ਬਾਹਰ ਜਿੱਥੇ ਵੀ ਖੇਡਦੇ ਸੀ। ਜੇ ਆਪਾਂ ਇੰਡੀਆ ਦੀ ਗੱਲ ਕਰੀਏ ਜੀ, ਸੁੱਖੀ ਲੱਖਣਗੇ ਵੱਡੇ ਅਤੇ ਸਾਡੀ ਦੋਨਾਂ ਦੀ ਜੋੜੀ ਨੂੰ ਲੋਕ ਮੰਨਦੇ ਸੀਗੇ ਜੀ ਇੰਡੀਆ ਦੇ ਵਿੱਚ, ਕੋਈ 2 ਟੀਮਾਂ ਜ਼ਿਆਦੀਆਂ ਮਸ਼ਹੂਰ ਹੋਈਆਂ ਜਦੋਂ ਭਾਅ ਜੀ ਸੰਦੀਪ ਖੇਡਿਆ ਸਾਡੇ ਨਾਲ, ਉਦੋਂ ਨੌਰਵੇ ਅਤੇ ਨਕੋਦਰ ਦੀ ਟੀਮ, ਇਹਨਾਂ ਦਾ ਫਾਈਨਲ ਦੇਖਣ ਨੂੰ ਲੋਕ ਆਉਂਦੇ ਹੁੰਦੇ ਸੀਗੇ ਵੀ ਜੇ ਕਿਤੇ ਆਪਸ ਵਿੱਚ ਪਹਿਲੋਂ ਮੈਚ ਪੈ ਗਿਆ ਉਹਨਾਂ ਲੋਕਾਂ ਨੇ ਉਹ ਦੇਖ ਕੇ ਚੱਲ ਜਾਣਾ ਵੀ ਨਿਬੜ ਗਿਆ ਫਾਈਨਲ ਹੋ ਗਿਆ। ਸੁੱਖੀ ਦੇ ਨਾਲ ਮੇਰੀ ਜੋੜੀ ਬਹੁਤ ਰਹੀ ਆ ਜੀ। ਜੇ ਬਾਹਰ ਦੀ ਗੱਲ ਕਰਦਾ ਭਾਅ ਜੀ ਗੁਰਲਾਲ ਦੇ ਨਾਲ, ਭਾਅ ਜੀ ਗੁਰਲਾਲ ਤਾਂ ਮੈਂ ਖੇਡੇ ਹਾਂ ਅਸੀਂ 3-4 ਵਾਰੀ ਇਕੱਠੇ ਖੇਡੇ ਹਾਂ, ਪਰ ਸਾਨੂੰ ਇੱਕ ਦੂਜੇ ਟਰੱਸਟ ਹੁੰਦਾ ਸੀਗਾ, ਜੇ ਮੇਰਾ ਜ਼ੋਰ ਲੱਗਿਆ ਤਾਂ ਭਾਅ ਜੀ ਨੇ ਕਬੱਡੀ ਪਾ ਦੇਣੀ ਆ, ਜੇ ਮੇਰਾ ਉਹਦਾ ਜ਼ੋਰ ਲੱਗਿਆ ਤਾਂ ਮੈਂ ਪਾ ਦੇਣੀ ਆ ਜੀ, ਅਤੇ ਵਧੀਆ ਰਿਹਾ ਸਾਡਾ। ਅੱਛਾ ਜਸੇ, ਆਪਣੇ ਸਮੇਂ ਦੇ ਟੌਪ ਦੇ ਤੁਸੀਂ ਰੇਡਰ ਰਹੇ ਹੋ, ਤੁਹਾਨੂੰ ਕਦੇ ਨਾ ਕਦੇ ਇੱਦਾਂ ਲੱਗਦਾ ਰਹਿੰਦਾ ਹੁੰਦਾ ਸੀਗਾ, ਕਿਉਂਕਿ ਮੈਂ ਵੀ ਦੇਖਦਾ ਰਿਹਾ ਤੁਹਾਨੂੰ ਕਈ ਵਾਰੀ ਸੀਜ਼ਨ 'ਚ ਵੀ ਮੈਂ ਦੇਖਦਾ ਹੁੰਦਾ ਸੀ, ਜੱਫਾ ਨਹੀਂ ਹੁੰਦਾ ਸੀ ਕਿਉਂਕਿ ਬਹੁਤ ਦਿਮਾਗ ਨਾਲ ਕਬੱਡੀ ਤੁਸੀਂ ਖੇਡਦੇ ਰਹੇ ਹੋ, ਤੁਹਾਡੀ ਬੋਡੀ ਦਾ ਜ਼ੋਰ ਬਹੁਤ ਘੱਟ ਲੱਗਦਾ ਸੀ, ਟੱਚ ਮਾਰਿਆ ਪਾਲਿਆਂ 'ਚ ਡੌਜ ਬਹੁਤ ਟੌਪ ਦੀ ਸੀ ਤੁਹਾਡੀ। ਅੱਛਾ, ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਦਾ ਰਹਿੰਦਾ ਸੀ ਕਿ ਯਾਰ ਆਹ ਜਦੋਂ ਜਾਫੀ ਨਾਲ ਮੈਚ ਹੁੰਦਾ ਤਾਂ ਮੈਨੂੰ ਟਫ ਟਾਈਮ ਹਾਰਡ ਟਾਈਮ ਮਿਲਦਾ, ਕਿਹੜਾ ਜਾਫੀ ਇਹੋ ਜਿਹਾ ਤੁਹਾਨੂੰ ਲੱਗਾ?
ਟਫ ਟਾਈਮ ਵਾਲਾ ਭਾਅ ਜੀ ਜਦੋਂ ਤੇ ਸਟਾਰਟਿੰਗ ਕੀਤੀ ਆ ਸਭ ਤੋਂ ਪਹਿਲਾਂ ਮੈਨੂੰ ਟਫ ਟਾਈਮ ਦਿੱਤਾ ਤਨਾਲੀ ਨੇ ਚਮਿਆਰੇ ਵਾਲੇ ਨੇ ਜੀ ਤੱਲਣ ਮੈਚ ਖੇਡਿਆ ਉਦੋਂ ਮੇਰੀ ਸਟਾਰਟਿੰਗ ਹੀ ਸੀਗੀ ਜਿੱਦਾਂ ਮੇਰੇ ਹਿਸਾਬ ਦੇ ਨਾਲ ਭਾਅ ਜੀ ਮੈਂ ਜੇ 10 ਕੁ ਵੱਟੀਆਂ ਪਈਆਂ ਤਾਂ ਉਹਨੇ ਮੈਨੂੰ 5 ਫੜ ਲਿਆ ਸੀਗਾ ਪਰ ਉਦੋਂ ਜਿੱਦਾਂ ਸਟਾਰਟਿੰਗ ਸੀਗੀ ਮੈਂ ਉਹਨੂੰ ਆਪਣਾ ਇੱਕ ਬੇਸ ਰੱਖਿਆ ਸੀਗਾ ਵੀ ਇਸ ਬੰਦੇ ਤੋਂ ਕਬੱਡੀ ਭੱਜਣਾ ਆ ਪਰ ਇੱਕ ਟਾਈਮ ਬਾਬੇ ਦੀ ਕਿਰਪਾ ਨਾਲ ਆਇਆ ਵੀ ਤਨਾਲੀ ਵੀ ਚਾਹੁੰਦਾ ਸੀ ਵੀ ਮੈਂ ਹੁਣ ਜੱਸੇ ਨੂੰ ਫੜਾਂ ਅਤੇ ਉਸ ਤੋਂ ਬਾਅਦ ਰੂਬੀ ਟਿੱਬੇ ਵਾਲਾ ਤੁਸੀਂ ਸੁਣਿਆ ਜੀ ਪਲੇਅਰ ਅਤੇ ਕੋਚ ਵੀ ਆ ਇਸ ਟਾਈਮ ਵਧੀਆ ਫਰੈਂਡ ਆ ਸਾਡੇ ਕੋਚ ਵੀ ਆ ਉਹਨੇ ਮੈਨੂੰ ਇੱਕ ਵਾਰ ਸਵਾਲ ਕੀਤਾ ਸੀ ਪੱਪੂ ਚੂੜ ਚੁੱਕੀ ਹੋਣੀ ਫੌਜੀ ਹੋਣੀ ਸੁਲਤਾਨਪੁਰ ਸਾਹਿਬ ਮੇਰੇ ਮੂਹਰੇ ਸੀਗੇ ਸਟੋਪ ਮੈਨੂੰ ਕਹਿੰਦਾ ਵੀ ਤੂੰ ਛੋਟਾ ਜਿਹਾ ਰੇਡਰ ਆ 75 ਕਿਲੋ ਦਾ 80 ਕਿਲੋ ਦਾ ਐਡੀ ਸਟੋਪ ਲੈਣ ਤੇਰੇ ਮੂਹਰੇ ਖੜੀ ਤੈਨੂੰ ਡਰ ਨਹੀਂ ਲੱਗਦਾ ਮੈਂ ਉਹਨੂੰ ਇੱਕੋ ਹੀ ਜਵਾਬ ਦਿੱਤਾ ਸੀ ਮੈਂ ਕਿਹਾ 30 ਸੈਕਿੰਡ ਦੀ ਗੱਲ ਆ 30 ਸੈਕਿੰਡ ਬਾਅਦ ਜੇ ਫੜ ਵੀ ਲਿਆ ਛੱਡ ਹੀ ਦੇਣਾ ਐਡੀ ਗੱਲ ਨਹੀਂ ਕੋਈ ਪਰ ਬਾਬੇ ਦੀ ਕਿਰਪਾ ਨਾਲ ਆਪਾਂ ਨੂੰ ਤੰਗ ਨਹੀਂ ਕਿਸੇ ਨੇ ਕੀਤਾ ਜੀ ਹਾਂਜੀ ਬੜੀ ਦਲੇਰੀ ਨਾਲ ਕਬੱਡੀਆਂ ਹਮੇਸ਼ਾ ਹੀ ਤੁਸੀਂ ਪਾਉਂਦੇ ਰਹੇ ਹੋ ਅੱਛਾ ਹੁਣ ਜਦੋਂ ਤੁਸੀਂ ਆਉਂਦੇ ਹੋ ਟੂਰਨਾਮੈਂਟਾਂ ਜਾਂ ਤੁਹਾਡੇ ਏਰੀਆ 'ਚ ਖਾਸ ਕਰਕੇ ਟੂਰਨਾਮੈਂਟ ਆ ਦਿਲ ਨੂੰ ਚੁਲਬੁਲ ਹੁੰਦਾ ਰਹਿੰਦਾ ਇਹੋ ਜਿਹਾ ਵੀ ਯਾਰ ਹੁਣ ਵੀ ਖੇਡ ਦੇ ਲਈਏ ਜਾਂ ਮਨ ਕਰਦਾ ਦਿਲ ਕਰਦਾ ਗਰਾਊਂਡ 'ਚ ਜਦੋਂ ਆਉਂਦੇ ਹੋ ਜਾਂ ਨਹੀਂ ਬਸ ਸੰਨਿਆਸ ਜੇ ਤੁਸੀਂ ਦਿਲ ਦੀ ਸੁਣਦੇ ਆ ਜਦੋਂ ਮੈਂ ਮੁੰਡੇ ਖੇਡਦਾ ਦੇਖਦਾ ਹਾਂ ਜਿਹੜੇ ਹੁਣ ਏ ਕਲਾਸ ਰੇਡਰ ਆਪਾਂ ਜਿਹੜੇ ਹੱਥਾਂ ਦੇ ਉਂਗਲੀਆਂ ਦੇ ਸਾਰੇ ਗਿਣਦੇ ਆ ਕਈ ਵਾਰੀ ਮੈਂ ਸੋਚਦਾ ਹੁੰਦਾ ਹਾਂ ਵੀ ਚਲੋ ਮੈਂ ਏ 'ਚ ਨਹੀਂ ਹਜੇ ਮੈਂ ਬੀ ਵਾਲਿਆਂ 'ਚ ਤਾਂ ਹਜੇ ਵੀ ਮੈਂ ਆਪਣਾ ਕੰਮ ਕਰ ਜਾਣਾ ਸੀਗਾ ਅਤੇ ਦਿਲ ਕਰਦਾ ਆ ਪਰ ਕਾਫੀ ਹੁਣ ਗਾਂਹ ਦੀ ਗਾਂਹ ਜਾਂਦਾ ਆਪਣਾ ਬੰਦਾ ਲਾਈਫ ਬਾਰੇ ਸੋਚਦਾ ਕੰਮਾਂ ਕਾਰਾਂ ਬਾਰੇ ਸੋਚਦਾ ਸਾਰੀਆਂ ਚੀਜ਼ਾਂ ਦੇਖ ਕੇ ਅਤੇ ਵੈਸੇ ਕਹਿੰਦੇ ਹੁੰਦੇ ਆ ਵੀ ਜੇ ਕਬੱਡੀ ਖੂਨ 'ਚੋਂ ਨਹੀਂ ਜਾਂਦੀ ਜੀ ਨਹੀਂ ਜਾਂਦੀ ਹਾਂਜੀ ਦਿਲ ਕਰਦਾ ਜੀ ਅੱਛਾ ਜੈਸੇ ਤੁਹਾਡੇ ਏਰੀਏ ਦੇ ਵਿੱਚ ਹੁਣ ਕੋਈ ਪਲੇਅਰ ਹੋਰ ਉੱਠ ਰਹੇ ਨੇ ਕਿਉਂਕਿ ਮੈਨੂੰ ਮੈਂ ਦੇਖ ਰਿਹਾ ਘੱਟ ਆ ਪਲੇਅਰ ਆਪਣੇ ਹੁਣ ਔਰ ਉੱਠ ਰਹੇ ਤੁਹਾਨੂੰ ਲੱਗਦਾ ਕਿਉਂਕਿ ਤੁਹਾਡੇ ਪਿੰਡ ਦਾ ਵੀ ਬਹੁਤ ਵੱਡਾ ਹੈ ਤੁਹਾਡਾ ਪਿੰਡ ਹਮੇਸ਼ਾ ਹੀ ਪਲੇਅਰਾਂ ਦੀ ਉੱਥੇ ਹੋਂਦ ਬਣਦੀ ਰਹਿੰਦੀ ਆ ਉੱਠਦੇ ਰਹਿੰਦੇ ਨੇ ਪਰ ਪਿਛਲੇ ਕਈ ਸਾਲਾਂ ਤੋਂ ਮੈਨੂੰ ਲੱਗ ਨਹੀਂ ਰਿਹਾ ਕੁਛ ਪਲੇਅਰ ਆ ਰਿਹਾ ਕੋਈ ਹੈ ਪਲੇਅਰ ਏਰੀਏ ਦੇ ਵਿੱਚ ਹੁਣ ਮੈਂ ਆਪ ਅੱਜ ਹੀ ਸਾਡੀ ਗੱਲ ਹੁੰਦੀ ਜਦੋਂ ਅੱਜ ਮੈਚ ਦੇਖੇ ਨਾ ਚੱਲਦੇ ਸੀਗੇ ਅਤੇ ਮੈਂ ਆਪਣੇ ਖੁਦ ਪਿੰਡ ਦੀ ਗੱਲ ਕਰਦਾ ਸਾਡੇ 'ਚ ਸਭ ਤੋਂ ਪਹਿਲਾਂ ਚਾਚੇ ਨੇਕੀ ਜਿੱਦਾਂ ਇੰਟਰਨੈਸ਼ਨਲ ਲੈਵਲ 'ਤੇ ਗਿਆ ਫਿਰ ਮਗਰ ਵੀਰਾ ਭਾਅ ਜੀ ਆਇਆ ਫਿਰ ਲੱਡੂ ਆਇਆ ਫਿਰ ਮੈਂ ਆਇਆ ਮੇਰੇ ਮਗਰ ਜਿੱਦਾਂ ਆਏ ਮੁੰਡੇ ਉਹਨਾਂ ਨੇ ਜਿੱਦਾਂ ਇੱਕ ਲੈਵਲ ਜਿਹਾ ਤਾਂ ਰਹਿ ਗਏ ਉਸ ਲੈਵਲ 'ਤੇ ਨਹੀਂ ਗਏ ਜਿੱਥੇ ਪਿੰਡ ਚਾਹੁੰਦਾ ਜਾਂ ਵਰਲਡ ਲੋਕ ਚਾਹੁੰਦੇ ਆ ਹੁਣ ਵੀ ਆ ਪਿੰਡ 'ਚ ਟੂਰਨਾਮੈਂਟ ਸਾਡੇ ਹਰ ਸਾਲ ਹੁੰਦਾ ਹੁਣ ਗਾਂਹ ਸ਼ਾਇਦ ਫਰਵਰੀ ਜਾਂ ਮਾਰਚ 'ਚ ਹੋਊਗਾ ਪਰ ਗੱਲ ਕਰਦੇ ਹਾਂ ਵੀ ਉਹ ਇੱਕ ਨਿਆਣਿਆਂ 'ਚ ਚਾਹੀਦੀ ਆ ਤੁਹਾਡੇ ਵੀ ਤਕੜੇ ਹੋਣਾ ਗੋਲ ਵੱਡੇ ਹੋਣ ਹਾਂਜੀ 2 ਵੀਕਾਂ 3 ਵੀਕਾਂ ਮੈਨੂੰ ਆਏ ਨੂੰ ਹੋ ਗਿਆ ਮੈਂ ਗਰਾਊਂਡ 'ਚ ਦੇਖਦਾ ਜਾਂਦੇ ਆ ਪਰ ਉਹ ਰੌਣਕ ਹੈ ਨਹੀਂ ਗੀ ਟਰਾਈ ਕਰਦੇ ਸਾਡੇ ਪਿੰਡ ਦਾ ਸਟੇਡੀਅਮ ਜਿੰਮ ਸਹੂਲਤਾਂ ਹੁਣ ਆਲਮੋਸਟ ਸਾਰਾ ਕੁਛ ਆ ਪਰ ਪਿੰਡ ਕੀ ਜੇ ਆਪਾਂ ਏਰੀਆ ਵੀ ਦੇਖਦੇ ਹਾਂ ਮੈਂ ਇੱਕ ਮੁੰਡਾ ਹੁਣ ਦੇਖਿਆ ਥੋੜ੍ਹਾ ਜਿਹਾ ਸੰਧੂ ਚੱਠੇ ਦਾ ਮੁੰਡਾ ਆਈ ਥਿੰਕ ਚਿੜੀ ਉਹਨੂੰ ਕਹਿੰਦੇ ਆਈ ਥਿੰਕ ਸਰਦਾਰ ਮੁੰਡਾ ਆ ਅਤੇ ਉਹ ਜਿੱਦਾਂ ਮੈਨੂੰ ਲੱਗਾ ਵੀ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਣਾ ਏਰੀਏ ਦਾ ਨਾਂ ਰੋਸ਼ਨ ਕਰੂਗਾ ਜੀ ਪਹਿਲਾਂ ਨਾਲੋਂ ਥੋੜ੍ਹਾ ਜਿਹਾ ਉਤਸ਼ਾਹ ਮੈਂ ਕਹਿੰਦਾ ਵੀ ਘੱਟ ਗਿਆ ਪਲੇਅਰਾਂ ਦੇ ਵਿੱਚ ਗੋਲ ਵੱਡੇ ਨਹੀਂ ਹੈਗੇ ਮੈਂ ਕਹਿੰਦਾ ਛੇਤੀ ਚਾਹੁੰਦੇ ਆ ਤਗੜੇ ਹੋ ਜਾਈਏ ਪਰ ਉਹੋ ਜਿਹੀ ਮਿਹਨਤ ਨਹੀਂ ਮੈਂ ਦੇਖ ਰਿਹਾ ਪਿੰਡਾਂ ਦੇ ਵਿੱਚ ਘੱਟ ਖੇਡ ਰਿਹਾ ਪਲੇਅਰ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਆ ਭਾਅ ਜੀ ਇਹ ਕਹਿੰਦੇ ਆ ਵੀ ਅਸੀਂ 2-3 ਦਿਨ 'ਚ ਟੌਪ 'ਤੇ ਚੱਲ ਜਾਈਏ ਬਹੁਤ ਸਾਨੂੰ ਪਲੇਅਰ ਇੱਦਾਂ ਦੇ ਮਿਲਦੇ ਆ ਸਾਨੂੰ ਆਹ ਕੁਐਸਚਨ ਹੈਗਾ ਭਾਅ ਜੀ ਤੁਸੀਂ ਕੀ ਖਾਂਦੇ ਹੁੰਦੇ ਜੀ ਇੰਨੀ ਸਪੀਡ ਸੀ ਕਾਹਨਾ ਹੋ ਗਈ ਕਿੱਦਾਂ ਹੋ ਗਈ ਇਹਲੀ ਪ੍ਰੈਕਟਿਸ ਕਰਨੀ ਪੈਣੀ ਆ ਜੋ ਇਹ ਆਪਣੇ ਆਪ ਨੂੰ ਟਾਈਮ ਨਹੀਂ ਦਿੰਦੇ ਪ੍ਰੈਕਟਿਸ ਸਭ ਤੋਂ ਜ਼ਰੂਰੀ ਆ ਇਹ ਕੀ ਕਰਦੇ ਆ ਮੈਚ ਖੇਡਦੇ ਆ ਘਰ ਚੱਲ ਜਾਂਦੇ ਆ ਸੌ ਜਾਂਦੇ ਆ ਜਾਂ ਜੋ ਆਪਣਾ ਅੱਜ ਕੱਲ੍ਹ ਜੋ ਚੱਲਦਾ ਕਬੱਡੀ 'ਚ ਸਟੀਰੋਇਡ ਵਗੈਰਾ ਦਾ ਵੀ ਇਹਨਾਂ ਨੂੰ ਹੈਗਾ ਪਲੇਅਰਾਂ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਤਕੜੇ ਹੋਈਏ ਮਿਹਨਤ ਕਰੋ ਖੁਰਾਕ ਖਾਓ ਲੰਬਾ ਖੇਡੂਗੇ ਹਾਂਜੀ ਅੱਛਾ ਜੇ ਗੱਲ ਕਰੀਏ ਜੱਸੇ ਦੀ ਜੱਸੇ ਨੂੰ ਸਭ ਤੋਂ ਔਖਾ ਕਿਹੜੀ ਕੰਟਰੀ 'ਚ ਲੱਗਾ ਖੇਡਣਾ ਇੰਗਲੈਂਡ ਵੀ ਖੇਡਦੇ ਰਹੇ ਹੋ ਤੁਸੀਂ ਕੈਨੇਡਾ ਟੋਰਾਂਟੋ ਵੈਨਕੂਵਰ ਇੰਡੀਆ ਦੇ ਵਿੱਚ ਜਾਂ ਹੋਰ ਕਿਤੇ ਵੀ ਤੁਹਾਨੂੰ ਕਿੱਥੇ ਲੱਗਾ ਟਫ ਖੇਡਣਾ ਕਿ ਇੱਥੇ ਕਬੱਡੀ ਥੋੜ੍ਹੀ ਜਿਹੀ ਹੈਵੀ ਆ ਜੇ ਕਬੱਡੀ ਹੈਵੀ ਦੀ ਗੱਲ ਕਰਦੇ ਹਾਂ ਤਾਂ ਟੋਰਾਂਟੋ ਤੋਂ ਭਾਰੀ ਕਿਤੇ ਕਬੱਡੀ ਹੈ ਨਹੀਂ ਗੀ ਜੀ ਟੋਰਾਂਟੋ ਤੋਂ ਵੈਨਕੂਵਰ ਇੱਕ ਟਾਈਮ ਤਾਂ ਇੱਦਾਂ ਦੀਆਂ ਜਾਫ ਲੈਨਾਂ ਵੀ ਮੂਹਰੇ ਹੋ ਜਾਂਦੀਆਂ ਸੋਚਣਾ ਪੈਂਦਾ ਸੀ ਐਤੀ ਕਿਹੜੇ ਬੰਦੇ ਨੂੰ ਟੱਚ ਲਾਉਣਾ ਆ ਅਤੇ ਉੱਥੇ ਨਾਲ ਤੁਸੀਂ ਦੇਖੋ ਰੇਡਰ ਕਿੱਡੇ ਕਿੱਡੇ ਹੁਣ ਭਾਅ ਜੀ ਸੰਦੀਪ ਦੁੱਲਾ ਸੁਰਖਪੁਰੀਆ ਦੁਨੀਆ ਮੰਨਦੀ ਕਾਕੇ ਕਾਰੀ ਸਾਰੀ ਨੂੰ ਜੀ ਮੈਨੂੰ ਪਤਾ ਆ ਮੈਂ ਜੇ ਸਾਲ ਗਿਆ ਹਾਂ ਆਈ ਥਿੰਕ 4 ਦੇ ਵਿੱਚ ਦੀ ਗੱਲ ਆ ਕਾਕੇ ਭਾਅ ਜੀ ਨੂੰ ਸਾਰੇ ਸੀਜ਼ਨ ਦਾ 1.5 ਜੱਫਾ ਸੀ ਮੂੰਹ ਨਾ ਕਹਿਣ ਗੱਲ ਆ ਭਾਅ ਜੀ ਸਾਰਾ ਸੀਜ਼ਨ ਖੇਡਣਾ 1.5 ਜੱਫਾ ਮੈਚ ਦਾ ਅਤੇ ਟੂਰਨਾਮੈਂਟ ਦਾ ਸੋਰੀ ਸੀਜ਼ਨ ਦਾ ਅਤੇ ਇਹ ਕਿੱਡੀ ਵੱਡੀ ਗੱਲ ਆ ਜੀ ਅਤੇ ਅੱਜ ਤੇ ਅੱਜ ਕੱਲ੍ਹ ਨਾ ਇਹ ਹੋਈ ਆ ਨਾ ਗਾਂਹ ਕਦੀ ਇਹ ਹੋਣੀ ਆ ਜੀ ਈਜ਼ੀ ਹੁੰਦੇ ਆ ਜੀ ਅਤੇ ਬਾਕੀ ਥੋੜ੍ਹਾ ਜਿਹਾ ਇਹ ਚੀਜ਼ ਹੋ ਗਈ ਆ ਵੀ ਹੁਣ ਕਬੱਡੀ ਦੇ ਵਿੱਚ ਗਾਂਹ ਪਲੇਅਰ ਇੱਕਦਮ ਬਹੁਤ ਆ ਗਏ ਆ ਅਤੇ ਉਹ ਥੋੜ੍ਹੇ ਚਿਰ ਦੇ ਵਿੱਚ ਹੀ ਡਾਊਨ ਵੀ ਚੱਲ ਜਾਂਦੇ ਆ ਜੇ ਕਾਕੇ ਉਹਨਾਂ ਨੇ ਕਬੱਡੀ ਖੇਡੀ ਆ ਜਾਂ ਸੰਦੀਪ ਭਾਅ ਜੀ ਉਹਨਾਂ ਨੇ ਖੇਡੀ ਆ ਉਹ ਦੁਨੀਆ ਨੂੰ ਚੇਤੇ ਆ ਔਰ ਰਹਿਣੀ ਆ ਇਤਿਹਾਸ ਰਚੇ ਹੋਏ ਆ ਜਿਹੜੇ ਬਿਲਕੁਲ ਬਿਲਕੁਲ ਜਦੋਂ ਤੁਸੀਂ ਪੂਰੇ ਫਿੱਟ ਸੀਗੇ ਕਿੰਨਾ ਵੇਟ ਸੀ ਤੁਹਾਡਾ ਬੋਡੀ ਵੇਟ ਅਤੇ ਹੁਣ ਤੁਹਾਡੀ ਉਮਰ ਕਿੰਨੀ ਆ ਮੇਰਾ 84 ਦਾ ਬਰਥ ਹੈ ਭਾਅ ਜੀ
34 ਸਾਲ ਮੇਰੀ ਏਜ ਆ ਅਤੇ ਜਿੰਨਾ ਚਿਰ ਮੈਂ ਕਬੱਡੀ ਖੇਡਿਆ ਜੀ ਭਾਅ ਜੀ ਮੇਰਾ 85 ਤੋਂ 90 ਦੇ ਵਿੱਚ ਵੇਟ ਰਿਹਾ ਜੀ, ਇੱਦੋਂ ਓਵਰ ਨਹੀਂ ਹੋਇਆ ਜੀ। ਅਤੇ ਸਾਰੇ ਲੋਕ ਸਮਟਾਈਮ ਮੈਨੂੰ ਕਈ ਕਹਿੰਦੇ ਹੁੰਦੇ ਜੀ ਤੂੰ ਵੀ ਥੋੜ੍ਹਾ ਮੋਟਾ ਖਾ ਤਕੜਾ ਹੋ ਮਸਲ ਬਣਾ ਥੋੜ੍ਹਾ ਭੱਜਾ ਫਿਰ ਦੇ ਸੇ, ਮੈਂ ਉਹਨਾਂ ਨੂੰ ਇਹ ਗੱਲਾਂ ਦੇ ਨੰਬਰ ਚਾਹੀਦਾ ਮੈਨੂੰ ਮਿਲੀ ਜਾਂਦਾ ਜੀ, ਉਹ ਠੀਕ ਹੈ ਜੀ ਵਧੀਆ ਆ। ਲੋੜ ਹੈ ਨੰਬਰ ਦੀ, ਕੋਈ ਲੋੜ ਨਹੀਂ ਹੈ ਬੋਡੀ ਦੀ ਜਾਂ ਐਡੇ ਐਡੇ ਡੋਲਿਆਂ ਦੀ ਲੋੜ ਨਹੀਂ। ਜੱਸੇ ਵਰਗੇ ਪਲੇਅਰਾਂ ਨੇ ਇਤਿਹਾਸ ਕਾਇਮ ਕੀਤੇ ਕਬੱਡੀ ਦੇ ਵਿੱਚ, ਟੱਚ ਲਾਇਆ ਪਾਲਿਆਂ 'ਤੇ, ਟੱਚ ਲਾਇਆ ਪਾਲਿਆਂ 'ਤੇ। ਅੱਛਾ ਜੱਸੇ, ਕੋਈ ਦਿਲ ਦੇ ਵਿੱਚ ਇਹੋ ਜਿਹੀ ਗੱਲ ਰਹਿ ਗਈ ਹੋਵੇ ਕਿ ਮੈਂ ਇਸ ਏਰੀਆ 'ਚ ਨਹੀਂ ਖੇਡ ਸਕਿਆ ਜਾਂ ਮੈਂ ਇਹਨਾਂ ਪਲੇਅਰਾਂ ਨਾਲ ਨਹੀਂ ਖੇਡ ਸਕਿਆ, ਕੋਈ ਇਹੋ ਜਿਹੀ ਦਿਲ ਦੇ ਵਿੱਚ ਕੋਈ ਗੱਲ ਰਹਿ ਗਈ ਹੋਵੇ ਕਬੱਡੀ 'ਚ ਜਿਹੜੀ ਨਾ ਪੂਰੀ ਹੋਈ ਹੋਵੇ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਜੀ, ਮੈਂ ਤਾਂ ਸਗੋਂ ਸ਼ੁਕਰ ਕਰਦਾ ਜੀ ਕਬੱਡੀ ਦਾ। ਮੈਂ ਇੱਕ ਬਹੁਤ ਥੱਲੇ ਸੀਗਾ, ਕਬੱਡੀ ਨੇ ਮੈਨੂੰ ਉੱਪਰ ਬਿਠਾ ਤਾ ਲਿਜਾ ਕੇ, ਅੱਜ ਟੂਰਨਾਮੈਂਟਾਂ 'ਤੇ ਆਉਂਦੇ ਹਾਂ ਪਬਲਿਕ ਤਾੜੀਆਂ ਮਾਰਦੀ ਆ, ਜਿੰਨਾ ਚਿਰ ਟੂਰਨਾਮੈਂਟ ਹੋਣਗੇ ਅਸੀਂ ਜਾਵਾਂਗੇ, ਸਾਨੂੰ ਲੋਕਾਂ ਨੇ ਯਾਦ ਰੱਖਣਾ। ਕਬੱਡੀ ਨੇ ਬਹੁਤ ਕੁਛ ਦਿੱਤਾ ਭਾਅ ਜੀ, ਆਪਾਂ ਹੈਪੀ ਹਾਂ ਆਪਣੀ ਲਾਈਫ ਦੇ ਵਿੱਚ, ਜੋ ਕਬੱਡੀ ਨੇ ਦਿੱਤਾ ਅੱਜ ਤੁਹਾਡੇ ਨਾਲ ਖੜ੍ਹੇ ਹਾਂ ਕਬੱਡੀ ਕਰਕੇ ਖੜ੍ਹੇ ਹਾਂ। ਨਹੀਂ ਤਾਂ ਇੱਥੇ ਆਮ ਪਬਲਿਕ ਬਹੁਤ ਆ ਜੀ, ਉਹਨਾਂ ਨੂੰ ਕੋਈ ਜਾਣਦਾ ਨੀਗਾ। ਅਸੀਂ ਤਾਂ ਇਹ ਗੱਲ ਕਰਦੇ, ਸਾਡੇ ਲਈ ਕਬੱਡੀ ਇੱਕ ਗੁਰਦੁਆਰਾ ਜੀ, ਸਾਨੂੰ ਰੋਟੀ 'ਤੇ ਪਾਤਾ, ਸਾਡੀ ਫੈਮਿਲੀ ਕਬੱਡੀ 'ਤੇ ਰਹੀ ਆ, ਕੰਮ 'ਤੇ ਵੀ ਹੋਈਦਾ ਤਾਂ ਕਬੱਡੀ ਦੀਆਂ ਹੀ ਗੱਲਾਂ ਹੁੰਦੀਆਂ ਭਾਅ ਜੀ, ਉਹ ਹੋ ਹੀ ਜਾਣੀਆਂ ਜੀ, ਉਹ ਰਹਿਣੀਆਂ ਜੀ। ਬਲੱਡ ਦੇ ਵਿੱਚ ਕਬੱਡੀ ਆ, ਰੋਮ ਰੋਮ 'ਚ ਕਬੱਡੀ ਆ ਤੁਹਾਡੇ। ਅੱਛਾ, ਅੱਜ ਦੇ ਟੂਰਨਾਮੈਂਟ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕਲਾਰ ਪੈਨ ਟੂਰਨਾਮੈਂਟ ਹੋ ਰਿਹਾ, NRI ਭਰਾਵਾਂ ਨੇ, ਸਾਬੀ ਭਾਅ ਜੀ ਹੋਣਾਂ ਨੇ, ਟਿੰਸਰ ਸਾਹਿਬ ਉਹਨਾਂ ਨੇ ਬਾਹਰੋਂ ਆ ਕੇ ਕਰਾਇਆ, ਇਹੋ ਜਿਹੇ ਟੂਰਨਾਮੈਂਟਾਂ ਦੀ ਲੋੜ ਆ ਸਾਨੂੰ ਪੰਜਾਬ ਨੂੰ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਦੀ ਜਨਰੇਸ਼ਨ ਨੂੰ ਲਈ? ਜੇ ਆਪਾਂ ਜਨਰੇਸ਼ਨ ਦੀ ਗੱਲ ਕਰਦੇ ਹਾਂ ਭਾਅ ਜੀ, ਪਲੇਅਰ ਫੇਰ ਹੀ ਉੱਠਣਗੇ ਜੇ ਟੂਰਨਾਮੈਂਟ ਹੋਣਗੇ। ਟੂਰਨਾਮੈਂਟ ਹੁੰਦੇ ਆ ਬਹੁਤ ਵਧੀਆ ਹੁੰਦੇ ਆ, ਕਲਾਰਾਂ ਵੀ ਅੱਜ ਵੀ ਟੂਰਨਾਮੈਂਟ ਬਹੁਤ ਸੋਹਣਾ ਆਇਆ। ਥੋੜ੍ਹਾ ਜਿਹਾ ਫੈਡਰੇਸ਼ਨਾਂ ਨੂੰ ਵੀ ਚਾਹੀਦਾ ਹੁਣ ਵੀ ਨਵੇਂ ਪਲੇਅਰਾਂ ਨੂੰ ਵੀ ਉੱਪਰ ਲੈ ਕੇ ਆਉਣ। ਹੁਣ ਅੱਜ ਨਵੀਂ ਟੀਮ ਖੇਡਦੀ ਸੀ ਨਕੋਦਰ ਦੀ, ਵਿੱਚ ਦੋ ਤਿੰਨ ਪਲੇਅਰ ਜਿੱਦਾਂ ਸੀਗੇ ਪੁਰਾਣੇ, ਬਾਕੀ ਮੈਂ ਅੱਜ ਨਵੇਂ ਚਿਹਰੇ ਦੇਖੇ ਆ ਸਾਰੇ। ਟੂਰਨਾਮੈਂਟ ਹੋਣਗੇ, ਨਵੇਂ ਚਿਹਰੇ ਉੱਪਰ ਹੋਣਗੇ, ਕੈਨੇਡਾ ਅਮੈਰੀਕਾ ਇੰਗਲੈਂਡ ਸਾਰੇ ਖੇਡਣ ਜਾਣਗੇ। ਅਤੇ ਜੇ ਇਹ NRI ਭਰਾਵਾਂ ਦੇ ਸਿਰ 'ਤੇ ਹੀ ਆ, ਜਿੰਨੇ ਵਰਲਡ 'ਚ ਬੈਠਿਆ ਆਪਾਂ ਕਬੱਡੀ ਦੇ ਨਾਲ, ਜਿੰਨੇ ਪ੍ਰਮੋਟ ਕਰਦੇ, ਮੈਂ ਤਾਂ ਉਹਨਾਂ ਦਾ ਥੈਂਕ ਯੂ ਕਰੂੰਗਾ। ਅਸੀਂ ਵੀ ਉਹਨਾਂ ਦੇ ਸਿਰ 'ਤੇ ਉੱਪਰ ਗਏ ਸੀ ਅਤੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਉਹਨਾਂ ਦਾ ਹੀ ਫਾਇਦਾ ਹੋਣਾ ਆ। ਅਤੇ ਮੈਂ ਇਹ ਗੱਲ ਕਹੂੰਗਾ, ਥੈਂਕ ਯੂ ਸਰ NRI ਭਰਾਵਾਂ ਦਾ ਅਤੇ ਜਿਹੜੇ ਕਬੱਡੀ ਨੂੰ ਪ੍ਰਮੋਟ ਕਰਦੇ ਆ ਜੀ। ਅੱਛਾ ਜੱਸੇ, ਤੁਹਾਨੂੰ ਕਿਤੇ ਨਾ ਕਿਤੇ ਜੇ ਕੋਈ ਆਫਰ ਆਵੇ ਕਿ ਕੋਚਿੰਗ ਕਰਨੀ ਆ, ਕੋਚਿੰਗ ਤੁਸੀਂ ਕਰਨੀ ਪਸੰਦ ਕਰੋਗੇ? ਟੋਰਾਂਟੋ ਰਹਿੰਦੇ ਰਹਿੰਦੇ ਹੋ, ਕੋਈ ਨਾ ਕੋਈ ਜਿਹੜੇ ਕਲੱਬਸ ਨੇ ਉਹ ਕਹਿੰਦੇ ਰਹਿੰਦੇ ਆ, ਤੁਹਾਡਾ ਇਹਦੇ ਵਿੱਚ ਰੁਝਾਨ ਹੈਗਾ ਕਿ ਕੋਚਿੰਗ ਕਰੀ ਕੀਤੀ ਜਾਵੇ? ਬਿਲਕੁਲ ਭਾਅ ਜੀ, ਮੈਨੂੰ ਆਪਣੇ ਆਪ ਨੂੰ ਜਿੱਦਾਂ ਬੰਦਾ ਆਪਣੇ ਆਪ ਨੂੰ ਫੀਲ ਕਰਦਾ ਵੀ ਮੈਂ ਫਿੱਟ ਰਹਾਂ, ਅਤੇ ਫਿੱਟ ਤੁਸੀਂ ਫੇਰ ਰਹੋਗੇ ਜਦੋਂ ਕਬੱਡੀ ਨਾਲ ਜੁੜੇ ਰਹੋਗੇ। ਮੈਨੂੰ ਆਪ ਜਦੋਂ ਕੋਈ ਨਵਾਂ ਬੰਦਾ ਖੇਡਦਾ ਆ, ਜਿੰਨੇ ਵੀ ਨਵੇਂ ਮੁੰਡੇ ਖੇਡ ਜਿਹੜੇ ਆਪਣੇ ਤੋਂ ਹੁਣ ਸਾਡੇ ਤੋਂ ਬਾਅਦ ਦੇ ਆਏ ਆ, ਜੇ ਉਹਨਾਂ 'ਚ ਕੋਈ ਮਿਸਟੇਕ ਹੁੰਦੀ ਆ ਮੈਂ ਉਹਨਾਂ ਨੂੰ ਦੱਸ ਦਿੰਦਾ ਵੀ ਤੇਰੀ ਆਹ ਮਿਸਟੇਕ ਆ, ਗਾਂਹ ਵਾਸਤੇ ਕਵਰ ਕਰ ਲਾ। ਜੇ ਮੈਨੂੰ ਕੋਈ ਪੁੱਛਦਾ, ਜੇ ਮੈਨੂੰ ਕੋਈ ਮੌਕਾ ਮਿਲੇ ਕਿਸੇ ਨੂੰ ਸਮਝਾਉਣ ਦਾ ਜਾਂ ਦੱਸਣ ਦਾ, ਤਾਂ ਮੈਂ ਜ਼ਰੂਰ ਆਪਣੇ ਨਿੰਦਰ ਭਾਅ ਜੀ ਆ, ਨਿੰਦਰ ਚਾਹਲ ਜੰਗ ਕਲੱਬ ਜਿਹੜੀ ਟੋਰਾਂਟੋ ਦੀ, ਮੈਂ ਉਹਲੀ ਪਹਿਲੀ ਵਾਰੀ ਗਿਆ ਸੀਗਾ, ਅਤੇ ਉਹਨਾਂ ਨੇ ਜਿੱਦਾਂ ਮੈਨੂੰ ਸੱਦਦੇ ਆ ਹਮੇਸ਼ਾ ਵੀ ਆ ਆਪਣੇ ਵੱਲੋਂ ਦੱਸ ਜਿੰਨਾ ਵੀ ਹੈਗਾ। ਸਮ ਟਾਈਮ ਕੰਮ ਕਰਕੇ ਨਹੀਂ ਵੀ ਆ ਹੁੰਦਾ, ਪਰ ਟਰਾਈ ਕਰਦਾ ਵੀ ਆਊਂਗਾ, ਨੈਕਸਟ ਪੱਕਾ ਟਰਾਈ ਕਰੂੰਗਾ ਕਿ ਨਾ ਕਿ ਟੀਮ ਦੇ ਨਾਲ ਕੋਚਿੰਗ ਦੇ ਤੌਰ 'ਤੇ ਆਊਂਗਾ ਜੀ। ਜਦੋਂ ਵੀ ਟੀਮ ਪੰਜਾਬੀ ਲਾਈਵ ਇੰਟਰਵਿਊਜ਼ ਕਰਦੀ ਰਹਿੰਦੀ ਆ ਸਟੂਡੀਓ 'ਚ ਬੈਠ ਕੇ, ਵੈਨਕੂਵਰ ਤੁਸੀਂ ਮੈਸੇਜ ਵੀ ਲਿਖਦੇ ਰਹਿੰਦੇ ਹੋ, ਬਹੁਤ ਵਧੀਆ ਸੁਝਾਅ ਵੀ ਦਿੰਦੇ ਰਹਿੰਦੇ ਹੋ, ਕੀ ਕਹਿਣਾ ਚਾਹੁੰਦੇ ਹੋ ਟੀਮ ਪੰਜਾਬੀ ਬਾਰੇ ਜੋ ਅਸੀਂ ਇੰਟਰਵਿਊਜ਼ ਲੈ ਕੇ ਆਈ ਦੀਆਂ ਜਾਂ ਪਲੇਅਰਾਂ ਨਾਲ ਰੂਬਰੂ ਕਰਵਾਈ ਦਾ ਸਾਰੀ ਦੁਨੀਆ ਦੇ ਦਰਸ਼ਕਾਂ ਦੇ ਨਾਲ? ਸਾਰੇ ਜਿੱਦਾਂ ਜੇ ਆਪਾਂ ਲਾਈਏ 365 ਲਾਈਏ, ਸਾਰਿਆਂ ਨੇ ਕਬੱਡੀ ਨੂੰ ਪ੍ਰਮੋਟ ਕੀਤਾ, ਪਰ ਤੁਸੀਂ ਇੱਕ ਨਵਾਂ ਬੇਸ ਕੱਢਿਆ ਵੀ ਇੰਟਰਵਿਊ ਜਿੱਦਾਂ ਲਾ ਲਓ ਤੁਸੀਂ, ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਆ, ਉਹਨਾਂ ਨੂੰ ਪੁਰਾਣੇ ਪਲੇਅਰਾਂ ਦੇ ਚਿਹਰੇ ਭੁੱਲੀ ਜਾਂਦੇ ਆ ਜੀ। ਤੁਸੀਂ ਸਾਰਿਆਂ ਨੂੰ ਕੱਢ ਕੇ ਮੂਹਰੇ ਲੈ, ਅੱਜ ਮੈਂ ਵੀ ਆਇਆ ਤੁਹਾਡੇ ਥਰੂ, ਮੈਨੂੰ ਆਲ ਵਰਲਡ ਦੇਖਦਾ ਰਾਈਟ ਨਾਓ। ਅਤੇ ਟੀਮ ਪੰਜਾਬੀ ਨੇ ਜਿਹੜਾ ਹੁਣ ਬੇਸ ਕਬੱਡੀ ਦਾ ਬੰਨਿਆ, ਜਿੱਦਾਂ ਤੁਸੀਂ ਨੈਕਸਟ ਹੁਣ ਮੈਨੂੰ ਪਤਾ ਪਾਕਿਸਤਾਨ ਜਾ ਰਹੇ ਹਾਂ, ਪਾਕਿਸਤਾਨ ਦੇ ਨਾਲ ਰਿਲੇਸ਼ਨ ਜਿਹੜੇ ਪਲੇਅਰਾਂ ਨਾਲ ਜੁੜੇ ਆ, ਜੇ ਜੁੜੇ ਆ ਆਪਣੇ ਪਲੇਅਰਾਂ ਦੇ, ਉਹ ਟੀਮ ਪੰਜਾਬੀ ਕਰਕੇ ਜੁੜੇ ਆ ਜੀ। ਅਤੇ ਟੀਮ ਪੰਜਾਬੀ ਦਾ ਕਬੱਡੀ ਨੂੰ ਇੱਕ ਮੈਂ ਕਹੂੰਗਾ ਬਹੁਤ ਵੱਡੀ ਦੇਣ ਹੋ ਗਈ ਆ ਜੀ, ਅਤੇ ਆਸ ਕਰਦੇ ਹਾਂ ਵੀ ਹੁਣ ਤੁਸੀਂ ਹੋਰ ਉੱਤੇ ਹੀ ਲੈ ਕੇ ਜਾਓਗੇ। ਤੁਹਾਡੀ ਮੈਂ ਇੰਟਰਵਿਊ ਸੁਣੀ ਸੀਗੀ ਲੱਖੇ ਭਾਈ ਦੇ ਨਾਲ, ਜਿਹੜੇ 'ਤੇ ਤੁਸੀਂ ਕੁਛ ਗੱਲਾਂ ਕੀਤੀਆਂ ਬਹੁਤ ਸੋਹਣੀਆਂ ਲਿਖੀਆਂ, ਵੀ ਆਹ 1.5 ਪੁਆਇੰਟ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਗਰਾਊਂਡ ਦੇ ਵਿੱਚ ਇੰਨੇ ਬੰਦੇ ਹੋਣੇ ਚਾਹੀਦੇ ਕਿ ਨਹੀਂ ਚਾਹੀਦੇ, ਇਹ ਗੱਲਾਂ ਨੂੰ ਤੁਸੀਂ ਚੱਕਿਆ ਕਿਸੇ ਲੈਵਲ 'ਤੇ ਗਈਆਂ, ਫਿਰ ਭਾਅ ਜੀ ਦੀ ਇੰਟਰਵਿਊ ਤੁਹਾਡੇ ਨਾਲ ਸੁਣੀ ਜੀ ਡਰੱਗ ਦੇ, ਉਹ ਜਿਹੜਾ ਤੁਸੀਂ ਸਟੈਂਡ ਲਿਆ ਆ ਕਬੱਡੀ ਲਈ, ਉਹ ਜਿਹੜਾ ਤੁਸੀਂ ਜੇ ਉਹਨੂੰ ਉੱਪਰ ਲੈ ਗਏ ਭਾਅ ਜੀ, ਤਾਂ ਟੀਮ ਪੰਜਾਬੀ ਦੇ ਕਬੱਡੀ ਲਈ ਇੱਕ ਬਹੁਤ ਵੱਡੀ ਦੇਣ ਆ ਜੀ। ਬਿਲਕੁਲ ਸਹੀ ਗੱਲ ਹੈ ਜੀ, ਔਰ ਕੋਸ਼ਿਸ਼ ਕੀਤੀ ਆ, ਹੁਣ ਤੁਹਾਨੂੰ ਪਤਾ ਹੋਣਾ ਵੀ ਅੱਜ ਵੀ ਟੈਸਟ ਹੋ ਰਹੇ ਨੇ ਇੱਥੇ, ਕਿਉਂਕਿ ਸੁਭਾਲ ਦੇ ਟੂਰਨਾਮੈਂਟ ਤੋਂ ਆਪਾਂ ਇੱਥੇ ਆ ਕੇ ਸ਼ੁਰੂ ਕਰਵਾਏ ਸੀ ਸਾਰੀਆਂ ਫੈਡਰੇਸ਼ਨਾਂ ਨਾਲ ਮੀਟਿੰਗ ਕਰਕੇ, ਸੋ ਟੈਸਟ ਇੱਥੇ ਵੀ ਅੱਜ ਵੀ ਹੋ ਰਹੇ ਨੇ, ਅੱਜ ਵੀ ਪਰਚੀ ਪਾ ਕੇ ਪਲੇਅਰਾਂ ਦੇ ਟੈਸਟ ਹੋ ਰਹੇ ਨੇ, ਸੋ ਕੋਸ਼ਿਸ਼ ਕਰ ਰਹੇ ਕਿਤੇ ਨਾ ਕਿਤੇ ਆਪਾਂ ਵਧੀਆ ਕੁਛ ਕਬੱਡੀ ਲਈ ਕਰ ਸਕੀਏ।
ਨੰਬਰ 1.5 ਦੀ ਜਾਂ ਕਾਮਨ ਦੀ ਮੈਂ ਗੱਲ ਕਰਦਾ ਹੁੰਦਾ, ਇਸ ਫੈਡਰੇਸ਼ਨ ਨੇ ਕੋਈ ਕਾਮਨ ਨੰਬਰ ਨਹੀਂ, ਦੇਖ ਲਓ ਜਿਹੜਾ ਟੱਚ ਬਾਹਰ ਆ ਉਹ ਆਊਟ ਆ, ਕਬੱਡੀ 'ਚ ਕੋਈ ਕਾਮਨ ਨੰਬਰ ਹੁੰਦਾ ਹੀ ਨਹੀਂ। ਅਤੇ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਆ ਵੈਸੇ, ਇਹੋ ਜਿਹੇ ਜਿਹੜੇ ਕਬੱਡੀ ਲਈ ਆਪਾਂ ਸਟੈਪ ਚੁੱਕੇ ਆ, ਇਹਦੀ ਲੋੜ ਹੈ ਕਬੱਡੀ ਨੂੰ? ਬਹੁਤ ਲੋੜ ਆ ਭਾਅ ਜੀ, ਇਹ ਜਿਹੜੇ ਤੁਸੀਂ ਹੁਣ ਸਟੈਪ ਪੱਟਿਆ, ਅਸੀਂ ਪਹਿਲਾਂ ਵੀ ਗੱਲਾਂ ਕਰਦੇ ਹੁੰਦੇ ਸੀਗੇ ਮੈਚ ਖੇਡ ਕੇ ਵੀ, ਸਮ ਟਾਈਮ ਹੁਣ ਇੱਕ ਜਾਫੀ ਆ ਉਹਨੇ ਫੜਿਆ ਆ, ਉਹ ਰੇਡਰ ਉਹਨੂੰ ਝੱਕ ਖਿੱਚ ਕੇ ਬਾਹਰ ਲੈ ਜਾਂਦਾ ਜੀ, ਉਹ ਉੱਥੇ ਗੱਲ ਬਣਦੀ ਨਹੀਂ ਵੀ ਤੁਸੀਂ ਕੀ ਕਰਨਾ ਕੀ ਆ ਨਾ, ਫਿਰ ਪਬਲਿਕ ਪਲੇਅਰ ਲਈ ਨਹੀਂ ਰੈਫਰੀ ਲਈ ਚੀਕਾਂ ਮਾਰਨ ਲੱਗ ਪੈਂਦੀ ਆ। ਜੇ ਕਬੱਡੀ ਦੇ ਵਿੱਚ ਤੁਸੀਂ ਕੋਈ ਇੱਕ ਰੂਲ ਬਣ ਜਾਣ ਜੋ ਵਰਲਡ 'ਤੇ ਚੱਲਣ, ਕਬੱਡੀ ਨੂੰ ਪ੍ਰਮੋਟ ਬਹੁਤ ਲੋਕ ਕਰਦੇ ਆ ਜੀ, ਕੋਈ ਸ਼ੱਕ ਨਹੀਂ, ਪਰ ਆਪਣੇ ਜਿਹੜੇ NRI ਆ ਉਹਨਾਂ ਨੂੰ ਵੀ ਇੱਕ ਫੈਡਰੇਸ਼ਨ ਦੇ ਥੱਲੇ ਚੱਲਣਾ ਚਾਹੀਦਾ, ਇਹ ਰੂਲ ਲਿਖਾਉਣੇ ਚਾਹੀਦੇ ਆ। ਉਹ ਜਿਹੜੇ ਰੈਫਰੀ ਆ ਉਹ ਵੀ ਉਹ ਰੈਫਰੀ ਹੋਣ ਜਿਹੜੇ ਖੇਡੇ ਹੋਏ ਆ, ਜਿਹਨਾਂ ਨੂੰ ਕਬੱਡੀ ਬਾਰੇ ਪਤਾ ਹੋਵੇ ਵੀ ਕਬੱਡੀ ਕੀ ਚੀਜ਼ ਆ, ਫਿਰ ਕਬੱਡੀ ਦੇ ਵਿੱਚ ਰੂਲ ਜਿਹੜਾ ਸਾਰੇ ਫੋਲੋ ਹੋਣਗੇ। ਪਰ ਇਹਦੇ ਲਈ ਪਲੇਅਰਾਂ ਨੂੰ ਵੀ ਤੁਹਾਨੂੰ ਟੀਮ ਦੇ ਨਾਲ ਲਾ ਲਓ ਜਾਂ ਫੈਡਰੇਸ਼ਨ ਨਾਲ ਐਗਰੀ ਹੋਣਾ ਪੈਣਾ, ਫਿਰ ਹੀ ਆ। ਜੇ ਤੁਸੀਂ ਹੁਣ ਅੱਜ ਗੱਲ ਕਰਦੇ ਟੈਸਟ ਹੁੰਦੇ ਆ, ਜੇ ਹੁਣ ਪਲੇਅਰ ਆਪਣੇ ਅੰਦਰੋਂ ਕਹਿਣ ਗੱਲ ਵੀ ਹਾਂ ਅਸੀਂ ਕਲੀਅਰ ਹੋ ਕੇ ਖੇਡਣਾ ਆ, ਨੋ ਬਿਗ ਡੀਲ, ਤੁਸੀਂ 6 ਮੰਥ ਦਾ ਟਾਈਮ ਦਿੱਤਾ ਬਾਹਰਲੇ ਜਦੋਂ ਮੈਚਾਂ ਮੁੱਚਾਂ ਲਈ, ਜੇ 6 ਮਹੀਨੇ ਬਹੁਤ ਆ ਭਾਅ ਜੀ, ਆਪਣੇ ਆਪ ਨੂੰ ਪ੍ਰੋਪਰ ਵਾਸ਼ ਕਰਕੇ ਮੁੜ ਕੇ ਇੱਕ ਲੈਵਲ 'ਤੇ ਲੈ ਕੇ ਆਉਣਾ। ਇੱਕ ਸਟੈਪ ਪਹਿਲਾਂ ਪੱਟਿਆ ਸੀ ਟੋਰਾਂਟੋ ਦੀਆਂ ਫੈਡਰੇਸ਼ਨਾਂ ਨੇ, ਉਦੋਂ ਪਲੇਅਰਾਂ ਨੇ ਇਹ ਹੋ ਗਏ ਸੀਗੇ, ਪਰ ਦੋ ਫੈਡਰੇਸ਼ਨਾਂ ਬਣਨ ਕਰਕੇ ਉੱਪਰ ਥੱਲੇ ਹੋ ਗਿਆ। ਪਰ ਜਿੱਦਾਂ ਹੁਣ ਵੈਨਕੂਵਰ 'ਚ ਤੁਸੀਂ ਇੱਕ ਫੈਡਰੇਸ਼ਨ ਕਰਤੀ ਆ, ਇਹ ਬਹੁਤ ਵੱਡੀ ਜੋਬ ਸੀ। ਲਾਸਟ ਈਅਰ ਵੀ ਟੋਰਾਂਟੋ ਫੈਡਰੇਸ਼ਨ ਨੇ ਜ਼ੋਰ ਲਾਇਆ ਪਰ ਹੋਈ ਨਹੀਂ ਸੀ, ਪਰ ਹੁਣ ਹੋ ਗਈ, ਆਸ ਕਰਦੇ ਹਾਂ ਵੀ ਹੁਣ ਸਾਰਾ ਕੁਝ ਵਧੀਆ ਹੋਊਗਾ ਜੀ। ਥੈਂਕ ਯੂ ਸੋ ਮਚ ਜੀ, ਜਿੰਨੇ ਵੀ ਦਰਸ਼ਕ ਸਾਨੂੰ ਦੇਖ ਰਹੇ ਨੇ, ਔਰ ਖਾਸ ਕਰਕੇ ਜੱਸਾ ਸਦਮਾ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਤੁਸੀਂ ਕਬੱਡੀ ਲਈ ਬਹੁਤ ਵਧੀਆ ਜਿੰਦ ਜਾਨ ਮਾਰੀ ਆ ਜੀ, ਖੇਡੇ ਹੋ, ਜਿੰਦੀ ਰੱਖੀ ਆ ਕਬੱਡੀ, ਔਰ ਬੜਾ ਵੱਡਾ ਨਾਂ ਆ ਤੁਹਾਡਾ, ਇਸੇ ਤਰ੍ਹਾਂ ਨਾਂ ਰਹੇਗਾ ਰਹਿੰਦੀ ਦੁਨੀਆ ਤੱਕ ਜਦ ਤੱਕ ਕਬੱਡੀ ਚੱਲੇਗੀ। ਜੱਸਾ ਸਦਮਾ ਇੱਕ ਲੈਜੈਂਡ ਪਲੇਅਰ ਹੋਏ ਨੇ। ਪਲਵਾਨ ਜੀ, ਕੋਈ ਹੋਰ ਮੈਸੇਜ ਪਲੇਅਰਾਂ ਲਈ ਜਾਂ ਨਵੀਂ ਜਨਰੇਸ਼ਨ ਲਈ ਕੋਈ ਦੇਣਾ ਚਾਹੁੰਦੇ ਹੋ? ਮੈਸੇਜ ਭਾਜੀ ਸਿਰਫ ਇੰਨਾ ਹੀ ਆ ਵੀ ਹੁਣ ਜੇ ਟੀਮ ਪੰਜਾਬੀ ਲਾ ਲਓ ਜਾਂ ਤੁਸੀਂ ਵਰਲਡ ਦੀ ਜਿਹੜੀ ਫੈਡਰੇਸ਼ਨ ਬਣ ਰਹੀ ਆ, ਸਾਰੇ ਪਲੇਅਰਾਂ ਨੂੰ ਮੈਂ ਆਪਣੇ ਤੌਰ 'ਤੇ ਕਹੂੰਗਾ ਵੀ ਇਹਨਾਂ ਦਾ ਸਾਥ ਦਿਓ। ਹੁਣ ਜੇ ਤੁਹਾਨੂੰ ਕਲੀਨ ਕਰਕੇ ਖਿਡਾਉਣਾ ਮੰਗਦੇ ਆ, ਤੁਸੀਂ ਟਰਾਈ ਕਰੋ, ਤੁਹਾਡੀ ਲਾਈਫ ਵਧੀਆ ਹੋਊਗੀ, ਬੇਸ ਤੁਹਾਡਾ ਵਧੀਆ ਵੱਜੂਗਾ। ਇਹਨੂੰ ਸੋਚ ਕੇ ਚੱਲੋ ਵੀ ਤੁਹਾਡੇ ਲਈ ਇਹ ਕਰਨ ਡਏ ਆ, ਇਹਨਾਂ ਦੇ ਵਿੱਚ ਟੀਮ ਪੰਜਾਬੀ ਦਾ ਕੋਈ ਫਾਇਦਾ ਨੀਗਾ, ਵਰਲਡ ਦੀ ਫੈਡਰੇਸ਼ਨ ਦਾ ਕੋਈ ਫਾਇਦਾ ਨੀਗਾ, ਅਤੇ ਤੁਹਾਡੇ ਆਉਣ ਵਾਲੀ ਲਾਈਫ, ਬੱਚਿਆਂ ਦੀ, ਤੁਹਾਡੇ ਪਰਿਵਾਰ ਦੀ, ਸਾਰਿਆਂ ਲਈ ਬਹੁਤ ਵਧੀਆ ਹੋਊਗੀ ਜੀ। ਥੈਂਕ ਯੂ ਸੋ ਮਚ ਜੱਸਾ ਸਦਮਾ ਜੀ ਸਾਡੇ ਨਾਲ ਗੱਲ ਕਰਨ ਲਈ, ਧੰਨਵਾਦ ਤੁਹਾਡਾ ਬਹੁਤ। ਥੈਂਕ ਯੂ ਜੀ, ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮਚ ਜੀ। ਇਹ ਸਨ ਲੈਜੈਂਡ ਪਲੇਅਰ ਸਾਡੇ ਕਬੱਡੀ ਦੇ।